ਜਿਹਦੇ ਨਾਲ ਇਹ ਹੈ ਕਿ ਸਾਨੂੰ ਕੋਰੇ ਦੀ ਬੱਚਤ ਆਉਂਦੀ ਹੈ, ਫਸਲ ਅਗੇਤਰੀ ਆ ਜਾਂਦੀ, ਸਟੋਰ ਦਾ ਮਸਲਾ ਨਹੀਂ ਬਣਦਾ। ਜੀ ਮੈਂ ਹਾਜੀ ਅੱਲਾ ਜਿੱਤਾ ਕਰੀਵਾਲਾ ਜਗੀਰ, ਆਲੂ ਕਾਸ਼ਤ ਕੀਤਾ ਰੁਸਤਮ ਬੀਜ ਦਾ, ਟਿਸ਼ੂ ਕਲਚਰ ਹੈ, ਵਾਇਰਸ ਪਾਕ ਹੈ, ਕੰਮ ਕੀਮਤ ਹੈ, ਵਕਤ ਤੋਂ ਪਹਿਲੇ ਮਿਲ ਜਾਂਦਾ, ਯਾਨੀ ਕਿ ਲੇਟ ਨਹੀਂ ਹੁੰਦਾ, ਜਿਹਦੇ ਨਾਲ ਇਹ ਹੈ ਕਿ ਸਾਨੂੰ ਕੋਰੇ ਦੀ ਬੱਚਤ ਆਉਂਦੀ ਹੈ, ਫਸਲ ਅਗੇਤਰੀ ਆ ਜਾਂਦੀ, ਸਟੋਰ ਦਾ ਮਸਲਾ ਨਹੀਂ ਬਣਦਾ, ਇਹ ਇਹਦਾ ਫਾਇਦਾ ਹੈ। ਜਰਮੀਨੇਸ਼ਨ ਬਿਲਕੁਲ ਠੀਕ ਹੈ, ਵੱਲਾਂ ਇਕੁਅਲ ਹੋਈਆਂ, ਵਾਧਾ ਘਾਟਾ ਕੋਈ ਨਹੀਂ, ਕੁਆਲਿਟੀ ਔਰ ਪਿਓਰਿਟੀ ਦੇ ਹਿਸਾਬ ਨਾਲ ਮੁਤਮਿਨ ਹੈ। ਅਸਲ ਤਾਂ ਗੱਲ ਇਹ ਹੈ ਜੀ ਕਿ ਸਭ ਤੋਂ ਇਹਦਾ ਜਿਹੜਾ ਅੱਛਾ ਫਾਇਦਾ ਹੈ ਕਿ ਟਾਈਮ ਨਾਲ ਮਿਲ ਜਾਂਦਾ, ਜਿਹੜਾ ਕਿ ਅਸੀਂ ਫਸਲ ਦੇ ਨਾਲ ਹੀ ਕਾਸ਼ਤ ਕਰ ਲੈਂਦੇ ਹਾਂ, ਪੈਦਾਵਾਰ ਅੱਛੀ ਆ ਜਾਂਦੀ, ਕੋਰੇ ਤੋਂ ਮਹਿਫੂਜ਼ ਹੋ ਜਾਂਦੇ, ਸੇਮ ਹੀ ਸਪਰੇਅ ਹੁੰਦਾ ਰਿਹਾ, ਕਿਉਂਕਿ ਲਾਗੀ ਨਾਲ ਗਿਆ ਨਾ ਦੂਸਰੀ ਫਸਲ ਦੇ ਨਾਲ ਹੀ ਕਾਸ਼ਤ ਹੋ ਗਿਆ। ਅਗਲੇ ਸਾਲ ਸਾਡਾ ਇਰਾਦਾ ਹੈ ਕਿ ਮੁਜ਼ੀਕਾ ਔਰ ਦੂਸਰੀਆਂ ਵਰਾਇਟੀਆਂ ਮਿਲਾਉਣ ਦਾ।